गोविंदवाल साहब के पुल से दरिया ब्यास के अंदर जिहड़ा छोटा ब्रदर सी जशन ढिल्लों, उसने जदों छाल मारी इन्हां दे वड्डे बेटे ने मानवजीत सिंह जिहदे नाल असल विच मिसबिहेव कीता। पुलिस स्टेशन नंबर 1 SHO नवदीप सिंह किसी की तोहीन भरिया रवैया जो किया ਉਹਦੀ ਗੱਲ ਨੂੰ ਨਾ ਕਰਦੇ ਦੋਨਾਂ ਭਰਾਵਾਂ ਦੀ ਜਾਨ ਗਈ ਆ, ਦੋਨਾਂ ਭਰਾਵਾਂ ਦੀ ਜਾਨ ਗਈ ਆ। ਸਰਦਾਰ ਜਤਿੰਦਰਪਾਲ ਸਿੰਘ ਢਿੱਲੋਂ ਗ੍ਰੀਨ ਪਾਰਕ ਜਲੰਧਰ ਇਹਨਾਂ ਦੀ ਰਿਹਾਇਸ਼ 'ਤੇ ਪਹੁੰਚਿਆ। ਹੁਣ ਤੱਕ ਤਕਰੀਬਨ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਕਿ ਇਹਨਾਂ ਦੇ ਦੋ ਹੋਣਹਾਰ ਸਪੁੱਤਰ ਫੋਟੋ ਗੱਡੇ ਉਹਨਾਂ ਦੇ ਦੋ ਹੋਣਹਾਰ ਬੜੀ ਅੱਛੀ ਪਰਸਨੈਲਿਟੀ ਵਾਲੇ ਪੱਗ ਬੰਨ ਬੱਚੇ ਇਹ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਪੁਲਿਸ ਦੀ ਬੇਇੱਜ਼ਤੀ ਨਾ ਸਹਿੰਦੇ ਆ। ਪੁਲਿਸ ਦਾ ਜੋ ਕਿਰਦਾਰ ਹੈ ਇੱਕ ਘਿਨਾਉਣਾ, एक दुर्व्यवहार वाला, एक ह्यूमिलेशन वाला, कोई भी व्यक्ति जिहड़ा वा वो इस तरह का व्यवहार जिहड़ा जिहड़ा आदमी इमोशनल है, जिहदे अंदर कोई जागदी जमीर आ, इन्होंने दोनों भरावां ते एडा भैड़ा इफेक्ट पिया कि इन्होंने 17 अगस्त को अज तो ठीक 13 दिन पहला गोविंदवाल साहब के पुल के दरिया ब्यास के अंदर जिहड़ा छोटा ब्रदर सी जशन ढिल्लों, उसने जदों छाल मारी और अपनी जान देने का जिहड़ा कीता उन्होंने उन्हें उपराला, उन्हों बचाउण वास्ते इन्हां दे वड्डे बेटे ने मानवजीत सिंह जिहदे नाल असल विच मिसबिहेव कीता। पुलिस स्टेशन नंबर 1 SHO नवदीप सिंह, उत्थे कोई लेडी कॉन्सटेबल, उत्थों दा सारा स्टाफ जो उन्हां दे नाल उन्होंने एक किसी की तोहीन भरिया रवैया जो किया ਉਹਦੀ ਗੱਲ ਨੂੰ ਨਾ ਕਰਦੇ ਦੋਨਾਂ ਭਰਾਵਾਂ ਦੀ ਜਾਨ ਗਈ ਆ। ਔਰ ਸਾਡੇ ਕੋਲ ਸਾਡੇ ਸਤਿਕਾਰਯੋਗ ਭੈਣ ਬੈਠੀ ਆ ਪਰਮਿੰਦਰ ਕੌਰ। ਮਸਲਾ ਇਹਨਾਂ ਦਾ ਸੀ ਮੈਟ੍ਰੀਮੋਨੀਅਲ ਝਗੜਾ ਆਪਣੇ ਪਤੀ ਦੇ ਪਰਿਵਾਰ ਦੇ ਨਾਲ ਸੀਗਾ, ਔਰ ਇਹ ਜਿਹੜੇ ਦੋਨੋਂ ਭਰਾ ਨੇ, ਕਿਉਂਕਿ ਢਿੱਲੋਂ ਸਾਹਿਬ ਜਿਹੜੇ ਨੇ ਕਾਫੀ ਐਕਟਿਵ ਸੋਸ਼ਲੀ ਔਰ ਪੋਲੀਟੀਕਲੀ ਹਰ ਗੱਲ ਤੋਂ ਬੜੇ ਐਕਟਿਵ ਰਹਿੰਦੇ ਨੇ, ਇਹ ਵਿਚਾਰੇ ਇਹ ਜਿਹੜਾ ਮਾਨਵਜੀਤ ਸਿੰਘ ਸੀਗਾ ਆਪਣੇ ਦੋਸਤ, ਇਹਦਾ ਨਾਮ ਵੀ ਮਾਨਵਜੀਤ ਉੱਪਲ ਹੈ ਮੋਗੇ ਤੋਂ, ਇਹਨਾਂ ਦੇ ਨਾਲ ਇਹ ਉਸ ਆਪਣੀ ਭੈਣ ਦੀ ਖਾਤਰ ਜਾਂਦੇ ਨੇ ਪੁਲਿਸ 'ਤੇ। ਇਹਨਾਂ ਦਾ ਕੋਈ ਪਰਸਨਲ ਕੋਈ ਲੈਣਾ ਦੇਣਾ ਨਹੀਂ ਸੀਗਾ, ਲੇਕਿਨ ਇਹਨਾਂ ਨੇ ਸਾਰੀ ਜਿਹੜੀ ਦਾਸਤਾਨ ਦੱਸੀ ਜੋ ਤੁਸੀਂ ਮੀਡੀਆ ਵਾਲਿਆਂ ਨੇ ਸੁਣੀ ਆ, ਇਸ ਢੰਗ ਦੇ ਨਾਲ ਉਹਨੂੰ ਜਲੀਲ ਕੀਤਾ ਗਿਆ, ਉਹਦੀ ਪੱਗ ਲਾ ਕੇ ਉਹਨੂੰ ਹਵਾਲਾ 'ਚ ਬੰਦ ਕੀਤਾ ਗਿਆ, ਔਰ ਉਹਨੂੰ ਸਵੇਰੇ 1 ਵਜੇ ਤੋਂ ਲੈ ਕੇ ਉਹਦੀ 7:51 ਕਰਦੇ ਨੇ ਸ਼ਾਮ ਨੂੰ ਤਕਰੀਬਨ 7 ਵਜੇ, ਤਾਂ ਕਿ ਇਹਦੀ ਜ਼ਮਾਨਤ ਨਾ ਹੋ ਸਕੇ, ਇਹਨੂੰ ਥਾਣੇ ਵਿੱਚ ਰੱਖਿਆ ਜਾਵੇ। ਸਾਰੇ CCTV ਕਹਿੰਦੇ ਥਾਣੇ ਦੇ ਖਰਾਬ ਹੋ ਚੁੱਕੇ ਨੇ, ਜਿਹੜੇ ਕਿ ਸਰਾਸਰ ਝੂਠ ਆ। ਜੇ ਸਾਰੇ ਪੰਜਾਬ ਦੇ CCTV ਪੁਲਿਸ ਸਟੇਸ਼ਨ ਅੰਦਰ ਚੱਲਦੇ ਆ, ਤੇ ਇਸ ਪੁਲਿਸ ਸਟੇਸ਼ਨ ਦਾ ਉਦਣ CCTV ਕਿਉਂ ਖਰਾਬ ਹੈ, ਜਦੋਂ ਮਾਨਵਜੀਤ ਦੇ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ, ਉਹਦੇ ਕੱਪੜੇ ਪਾੜੇ ਨੇ, ਉਹਦੀ ਉਹਨੂੰ ਬੇਸਿਕਲੀ ਇੱਕ ਆਦਮੀ ਨੂੰ ਜਦੋਂ ਆਪਾਂ ਟੋਰਚਰ ਕਰਦੇ, ਮੈਂਟਲ ਟੋਰਚਰ, ਮਾਨਸਿਕ ਤੌਰ 'ਤੇ ਇੰਨਾ ਟੋਰਚਰ ਕੀਤਾ ਕਿ ਜਦੋਂ ਜਸ਼ਨ ਉਹਦਾ ਭਰਾ ਉਹਨੂੰ ਮਿਲਣ ਆਉਂਦਾ ਅਗਲੇ ਦਿਨ, ਔਰ ਉਹਨੂੰ ਪਾਣੀ ਵਗੈਰਾ ਅਤੇ ਉਹਨੂੰ ਕੋਈ ਕੱਪੜੇ ਦੇਣ ਦੀ ਗੱਲ ਕਰਦਾ, ਫਿਰ ਉਹਦੀ ਬੇਇੱਜ਼ਤੀ ਕਰਦੇ ਨੇ ਸਾਰੇ। ਆਹ ਰਵੱਈਆ ਪੰਜਾਬ ਦੀ ਪੁਲਿਸ ਦਾ 21ਵੀਂ ਸਦੀ ਦੇ ਅੱਜ ਦੇ ਯੁੱਗ ਵਿੱਚ ਆ। ਔਰ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਪਿਛਲੇ ਦਿਨਾਂ ਵਿੱਚ ਲਾਅ ਐਂਡ ਆਰਡਰ ਨੂੰ ਸਾਈਡ ਕਰ ਰਹੇ ਸੀਗੇ ਕਿ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ 50,000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਗਈ ਹੈ ਲਾਅ ਐਂਡ ਆਰਡਰ, ਤਾਂ ਬਹੁਤ ਹੀ ਅੱਛਾ ਵਾ। ਵੈਸੇ ਤਾਂ 50,000 ਵਾਲੀ ਵੀ ਝੂਠੀ ਗੱਲ ਹੈ, ਉਹ RTI ਐਕਟਿਵਿਸਟ ਨੇ ਉਸਨੂੰ ਕਰਤਾ ਬੇਨਕਾਬ, ਪਰ ਕੀ ਦੱਸ ਸਕਦੇ ਤੁਸੀਂ ਕਿ ਜਲੰਧਰ ਸ਼ਹਿਰ, ਵਨ ਆਫ ਦ ਮੋਸਟ ਪ੍ਰੋਗਰੈਸਿਵ ਸਿਟੀਜ਼ ਆਫ ਪੰਜਾਬ, ਇੱਥੋਂ ਦੇ ਪੁਲਿਸ ਆਫਿਸਰਸ ਇੱਕ ਔਰਤ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਰਵੱਈਆ ਕੀ ਹੈਗਾ, ਕੀ ਇਹ ਲਾਅ ਐਂਡ ਆਰਡਰ ਹੈ? ਔਰ 13 ਦਿਨ ਹੋ ਗਏ ਨੇ, 13 ਦਿਨਾਂ ਦੇ ਵਿੱਚ ਹਲੇ ਤੱਕ ਢਿੱਲੋਂ ਪਰਿਵਾਰ ਨੂੰ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਮੈਂ SSP ਕਪੂਰਥਲਾ ਨਾਲ ਬਜ਼ਾਤੇ ਖੁਦ ਗੱਲ ਕੀਤੀ ਆ, ਸਿਰਫ ਇੱਕ DDR ਕੱਟੀ ਗਈ, ਕਿਉਂਕਿ ਪੁਲਿਸ ਸਟੇਸ਼ਨ ਤਲਵੰਡੀ ਚੌਧਰੀਆਂ ਪੈਂਦਾ, ਉੱਥੇ ਜਿਹੜਾ ਦਰਿਆ ਬਿਆਸ 'ਤੇ ਜਿਹੜਾ ਇੰਸੀਡੈਂਟ ਹੋਇਆ ਕਪੂਰਥਲੇ ਜ਼ਿਲ੍ਹੇ ਦਾ, ਅਤੇ ਇਹਨਾਂ ਦੇ ਇੱਕ ਥਾਣੇਦਾਰ ਨੂੰ ਉਹ ਵੀ ਪਬਲਿਕ UN ਕਰਾਏ, ਮੀਡੀਆ ਨੇ ਮਸਲਾ ਉਠਾਇਆ, ਤੁਹਾਡੇ ਵਰਗੇ ਚੰਗੇ ਮੀਡੀਆ ਵਾਲਿਆਂ ਨੇ, ਤਾਂ ਉਹਨੂੰ ਲਾਈਨ ਹਾਜ਼ਰ ਕੀਤਾ। ਦੋ ਬੰਦਿਆਂ ਦੀ ਯਾਰ ਉਹ ਜਾਨ ਗਈ ਆ, ਪੁਲਿਸ ਦੇ ਨਾ ਅਹਿਲੀਅਤ ਕਰਕੇ, ਉਹਨਾਂ ਦੀ ਨਲੇਕੀ ਦੇ ਕਰਕੇ, ਉਹਨਾਂ ਦੇ ਤਸ਼ੱਦਦ ਦੇ ਕਰਕੇ, ਉਹਨਾਂ ਦੇ ਮੈਂਟਲ ਟੋਰਚਰ ਦੇ ਕਰਕੇ। ਐਂਡ ਵਾਟ ਇਜ਼ ਦਾ ਪਨਿਸ਼ਮੈਂਟ ਟੂ ਦੀ SHO? ਸਿਰਫ ਲਾਈਨ ਹਾਜ਼ਰ। ਫਰਜ਼ ਕਰੋ, 1 ਮਿੰਟ ਜੀ, ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ, ਅਗਰ ਇਹੀ ਰਵੱਈਆ ਤੇਰੇ ਟੱਬਰ ਦੇ ਨਾਲ ਕੀਤਾ ਹੁੰਦਾ ਪੁਲਿਸ ਨੇ, ਕੀ ਹਾਲਤ ਹੋਣੀ ਸੀ, ਕਿ ਪੁਲਿਸ ਨੇ ਕਿ ਉਹਨਾਂ ਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਸੀ? ਇੱਥੋਂ ਦੇ ਕਮਿਸ਼ਨਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੇਰੇ ਪੁੱਤ ਦੇ ਨਾਲ ਇਹੀ ਰਵੱਈਆ ਪੁਲਿਸ ਤੁਹਾਡੇ ਥਾਣੇ ਦੇ ਵਿੱਚ ਲਿਜਾ ਕੇ ਉਹਨੂੰ ਜਲੀਲ ਕਰੇ, ਉਹਦੇ ਥੱਪੜ ਮਾਰਨ, ਉਹਨੂੰ ਕੁੱਟਣ, ਉਹਦੇ ਕੱਪੜੇ ਪਾੜਨ, ਕੀ ਕਮਿਸ਼ਨਰ ਪੁਲਿਸ ਵਿਲ ਬੀ ਡੂਇੰਗ ਦ ਸੇਮ ਇਨਜਸਟਿਸ ਟੂ ਹਿਜ਼ ਓਨ ਸਨ?
क्योंकि सिर्फ ये ढिलों का ढिलों साहब के बच्चे से किसी गैर के बच्चे से यदा मतलब पुलिस को अधिकार मिल चुका वा कि जिन्हों मर्जी बेइज्जती करो जिन्हों मर्जी टॉर्चर करो जिन्हों मर्जी जलील करो तो मुड़ के इंसाफ भी ना दो। भगवंत मान नूं तां वैसे बजाते खुद चीफ मिनिस्टर इन्हां दे घर विजिट करना चाहिए सी हुण तक 13 दिन हो गए ने जिहड़ा सारे देश विच केजरीवाल नूं एक ड्राइवर बन के जहाज़ां च घुमाउंदा फिरदा वोटां मंगदा फिरदा उहनूं आ दो बच्चों की जिहड़ी होई आ आई वुड से कतल होया एक्चुअली फ्रैंकली स्पीकिंग दिस इज माउट दिस इज मर्डर बिकॉज ऑफ द एट्रोशियस बिहेवियर ऑफ द एंटायर पुलिस मैकेनिज्म ऑफ पंजाब। ਇਹਦੇ ਪਰਚਾ ਤਾਂ ਦਰਜ ਹੋਣਾ ਚਾਹੀਦਾ 302 ਵਿੱਚ ਉਹਨੂੰ ਫੜ ਕੇ ਅੰਦਰ ਬੰਦੇ ਦਿੱਤੇ ਜਾਣੇ ਚਾਹੀਦੇ ਸਾਰਾ ਸਟਾਫ ਨੀਡਸ ਟੂ ਬੀ ਚਾਰਜ ਫੋਰ ਮਰਡਰ। ਕਿਸੇ ਨੇ ਕੁਛ ਨਹੀਂ ਕੀਤਾ ਤੇ ਅਸੀਂ ਕਹਿ ਰਹੇ ਕਿ ਸਾਡਾ ਪੰਜਾਬ ਦਾ ਲਾਅ ਐਂਡ ਆਰਡਰ ਬਹੁਤ ਅੱਛਾ ਵਾ। ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਆਗੂ ਹੋ ਕੇ ਗਏ ਨੇ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਵਾ ਕੈਂਡਲ ਮਾਰਚ ਦਾ ਸ਼ਨੀਵਾਰ ਕੀਤਾ ਪਰ ਮੈਂ ਆਪਣੀ ਪਾਰਟੀ ਵਿੱਚ ਮੁੱਦਾ ਰੱਖੂੰਗਾ ਕਿ ਇਕੱਲਾ ਕੈਂਡਲ ਮਾਰਚ ਵਾਲਾ ਮਸਲਾ ਨਹੀਂਗਾ ਵੀ ਹੈਵ ਟੂ ਲਾਂਚ ਏ ਪ੍ਰੋਪਰ ਪ੍ਰੋਟੈਸਟ। ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਚੜ੍ਹਦੇ ਹਫ਼ਤੇ ਦੇ ਵਿੱਚ ਅਸੀਂ ਜਿਹੜਾ ਕਮਿਸ਼ਨਰ ਪੁਲਿਸ ਦਾ ਦਫ਼ਤਰ ਹੈ ਉਹਦੇ ਮੂਹਰੇ ਸਾਡਾ ਪ੍ਰੋਟੈਸਟ ਬਣਦਾ ਪਬਲਿਕ ਪ੍ਰੋਟੈਸਟ ਔਰ ਇਸ ਪਰਿਵਾਰ ਦੇ ਹੱਕ ਵਿੱਚ ਅਸੀਂ ਖੜਾਂਗੇ ਔਰ ਮੇਰੀ ਸਾਰੇ ਦੁਨੀਆ 'ਚ ਬੈਠੇ ਚੰਗੇ ਪੰਜਾਬ ਦੇ ਜਿਹੜੇ ਗੈਰਤਮੰਦ ਅਖਲਾਕੀ ਲੋਕ ਨੇ ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੀ ਜਿੱਦਾਂ ਇਹਨਾਂ ਬੱਚਿਆਂ ਦੇ ਅੰਦਰ ਜ਼ਮੀਰ ਜਾਗਦੀ ਜੇ ਬੇਗੈਰਤ ਹੁੰਦੇ ਜਿੱਦਾਂ ਦੇ ਬਹੁਤ ਸਾਰੇ ਇੱਥੇ ਫਿਰਦੇ ਨੇ ਆਹ ਜਿਹੜੇ ਬੋਕਰ ਪਾਰਟੀ ਵਾਲੇ ਇਹਨਾਂ ਦੇ ਚਪੇੜਾ ਮਾਰ ਦਿਓ ਭਾਵੇਂ ਇਹਨਾਂ ਦੇ ਪੈਰਾਂ ਦੇ ਉੱਤੇ ਸਿਰ ਰੱਖ ਦਿਓ ਇਹਨਾਂ ਦੇ ਸਿਰਾਂ ਦੇ ਉੱਤੇ ਪੈਰ ਰੱਖ ਦਿਓ ਉਹਨਾਂ ਨੂੰ ਰੋਂਦ ਦਿਓ। ਆ ਜੋ ਕੁਝ ਤੁਸੀਂ ਦੇਖ ਰਹੇ ਹੋ ਪੋਲੀਟੀਕਲ ਕਲਚਰ ਜੋ ਕਟਾਰੂ ਚੱਕ ਨੇ ਕੀਤਾ ਇੱਕ ਨੌਜਵਾਨ ਨਾਲ ਕੋਈ ਐਕਸ਼ਨ ਨਹੀਂ ਗਾ। ਆ ਬੀਬੀ ਸਰਬਜੀਤ ਕੌਰ ਮਾਣੂ ਕਹਿੰਦੇ ਐਨ ਆਰ ਆਈ ਦੀ ਕੋਠੀ ਦੱਬ ਲਈ ਕੋਈ ਐਕਸ਼ਨ ਨਹੀਂ ਗਾ। ਇਹਨਾਂ ਦੇ MLA ਪੱਤਰਕਾਰਾਂ ਨੂੰ ਜਿਹੜਾ ਬਾਗੇ ਪੁਰਾਣੇ ਵਾਲਾ ਨੂੰ ਚਪੇੜਾ ਮਾਰਦਾ ਕੋਈ ਐਕਸ਼ਨ ਨਹੀਂ ਗਾ। ਔਰ ਜਿਹੜਾ ਜੈਤੋਂ ਵਾਲਾ MLA ਆ ਉਹ ਪੁਲਿਸ ਨੂੰ ਚੰਡੀਗੜ੍ਹ ਪੁਲਿਸ ਦੇ ਅਫਸਰ ਨੂੰ ਧੀ ਦੀਆਂ ਭੈਣ ਦੀਆਂ ਗਾਲਾਂ ਕੱਢਦਾ ਕੋਈ ਐਕਸ਼ਨ ਨਹੀਂ ਗਾ। ਇਸੇ ਤਰ੍ਹਾਂ ਇਹਨਾਂ ਦੇ ਹੋਰ ਬੜੇ MLA ਦੇ ਪੋਲੀਟੀਕਲ ਐਕਟਿਵਿਸਟ ਆ ਦੀਪ ਕੰਬੋਜ ਜਿਹੜਾ ਉਹ ਔਰਤ ਨਾਲ ਬਦਫੈਲੀ ਕਰਦਾ ਉੱਥੋਂ ਅਬੋਹਰ ਵਾਲਾ ਕੋਈ ਐਕਸ਼ਨ ਨਹੀਂ ਗਾ। ਕੀ ਇਹ ਕਾਨੂੰਨ ਮੰਨਦਾ ਭਗਵੰਤ ਮਾਨ ਤੇ ਦਿਸ ਇਜ਼ ਦ ਲਾਅ ਐਂਡ ਆਰਡਰ? ਇਸ ਨੂੰ ਕਹਿੰਦੇ ਬਹੁਤ ਬਿਹਤਰੀਨ ਲਾਅ ਐਂਡ ਆਰਡਰ ਹੈ। ਆਹ ਸਾਡੇ ਪੰਜਾਬ ਦੀ ਅੱਜ ਇਹਨਾਂ ਨੇ ਸਥਿਤੀ ਬਣਾ ਕੇ ਰੱਖ ਦਿੱਤੀ। ਸੋ ਮੈਨੂੰ ਬੜਾ ਦੁੱਖ ਹੋਇਆ ਵਾ। ਮੈਂ ਅਫਸੋਸ ਤਾਂ ਕੀਤਾ ਹੀ ਕੀਤਾ ਪਰਿਵਾਰ ਦੇ ਨਾਲ ਪਰ ਇਕੱਲੇ ਅਫਸੋਸ ਨਾਲ ਗੱਲ ਨਹੀਂ ਬਣਦੀ। ਵੀ ਹੈਵ ਟੂ ਫਾਈਟ ਦਿਸ ਕੇਸ ਆਊਟ ਐਂਡ ਵੀ ਹੈਵ ਟੂ ਇਨਸ਼ੋਰ ਜਸਟਿਸ ਫੋਰ ਦਿਸ ਫੈਮਿਲੀ। ਅਗਰ ਇਹ ਨਹੀਂ ਦੇਣਗੇ ਤਾਂ ਅਗਲੀ ਲੜਾਈ ਜਿਹੜੀ ਆ ਉਹ ਪਾਰਟੀ ਦੇ ਨਾਲ ਰਣਨੀਤੀ ਬਣਾ ਕੇ ਹੋਰ ਵੀ ਅੱਗੇ ਲੈ ਕੇ ਜਾਵਾਂਗੇ। ਅਸੀਂ ਸਾਰੇ ਇਹਨਾਂ ਦੇ ਨਾਲ ਹਮਦਰਦੀ ਕਰਦੇ ਹਾਂ ਔਰ ਮੇਰੀ ਮੰਗ ਆ ਭਗਵੰਤ ਸਿੰਘ ਮਾਨ ਕੋਲੋਂ ਜੇ ਤੇਰੇ 'ਚ ਰੱਤਾ ਭਰ ਵੀ ਕੋਈ ਇਨਸਾਨੀਅਤ ਆ ਇਹ ਇੰਨੀ ਤਾਂ ਤੈਨੂੰ ਇੱਥੇ ਆਉਣਾ ਚਾਹੀਦਾ ਇਹਨਾਂ ਦੇ ਘਰ। ਔਰ ਜਿਹੜੇ ਪੁਲਿਸ ਵਾਲਿਆਂ ਨੇ ਤਸ਼ੱਦਦ ਕੀਤਾ ਜੋ ਉਹਨਾਂ ਨੇ ਗਲਤ ਗੱਲਾਂ ਕੀਤੀਆਂ ਧੱਕਾ ਕੀਤਾ ਜ਼ੁਲਮ ਕੀਤਾ ਟੋਰਚਰ ਕੀਤਾ ਮੈਂਟਲ ਪਰੇਸ਼ਾਨ ਕੀਤਾ ਸਾਰੀ ਫੈਮਿਲੀ ਨੂੰ ਇਹਨਾਂ ਨੂੰ ਇਨਸਾਫ ਤੁਰੰਤ ਮਿਲਣਾ ਚਾਹੀਦਾ। ਜਸਟ ਪੁੱਟ ਯੋਰ ਸੈਲਫ ਇਨ ਦਾ ਪੋਜੀਸ਼ਨ ਜਿਹੜੇ ਪੁਲਿਸ ਅਫਸਰ ਬੈਠੇ ਏਸੀ ਕਮਰਿਆਂ ਦੇ ਵਿੱਚ ਇੱਕ ਵਾਰ ਆਪਣੇ ਆਪ ਨੂੰ ਦੇਖੋ ਪਾ ਕੇ ਜੇ ਤੁਹਾਡੇ ਦੋ ਬੱਚੇ ਮਰ ਜਾਣ ਕੀ ਬਣੂਗਾ ਤੁਹਾਡਾ? ਭਗਵੰਤ ਸਿੰਘ ਮਾਨ ਤੇਰੇ ਟੱਬਰ ਵਿੱਚੋਂ ਕੋਈ ਦੋ ਬੰਦੇ ਮਰ ਜਾਣ ਕੀ ਕਰੋਗੇ ਤੁਸੀਂ? ਘਰ ਬੈਠੋਗੇ ਹੱਥ ਤੇ ਹੱਥ ਧਰ ਕੇ ਬੈਠ ਜਾਓਗੇ ਤੁਸੀਂ? ਇਹਨਾਂ ਦੇ ਘਰ ਪਹੁੰਚੋ, ਇਹਨਾਂ ਨੂੰ ਇਨਸਾਫ਼ ਦਿਓ। ਇਹਨਾਂ ਵਾਸਤੇ ਜਿਹੜਾ ਵੀ ਤੁਹਾਡੇ ਕੋਲ ਕਾਨੂੰਨ ਉਪਲਬਧ ਹੈਗਾ ਜਿਹੜਾ ਤੁਸੀਂ ਪਿੱਛੇ ਟੰਗੀਆਂ ਨੇ ਫੋਟੋਆਂ ਬਾਬਾ ਸਾਹਿਬ ਅੰਬੇਦਕਰ ਦੀਆਂ, ਕੀ ਬਾਬਾ ਸਾਹਿਬ ਅੰਬੇਦਕਰ ਇਹ ਕਹਿ ਕੇ ਗਏ ਸੀਗੇ ਕਿ ਪੁਲਿਸ ਦੇ ਨਾਲ ਖੜਨਾ ਵਾ, ਪੁਲਿਸ ਧੱਕਾ ਕਰੇ ਜ਼ੁਲਮ ਕਰੇ ਤੁਸੀਂ ਪੁਲਿਸ ਦਾ ਸਾਥ ਦੇਣਾ ਵਾ? ਇੱਕ SHO ਦੀ ਖਾਤਰ ਸਾਰੀ ਪੁਲਿਸ ਗੋਡਿਆਂ ਦੇ ਭਾਰ ਆਈ ਹੋਈ ਇੱਕ SHO ਨੂੰ ਬਚਾਉਣ ਵਾਸਤੇ ਆ? ਇਸ ਦਿਸ ਦ ਕ੍ਰਿਮੀਨਲ ਜਸਟਿਸ ਸਿਸਟਮ ਆਫ ਦਿਸ ਕੰਟਰੀ ਔਰ ਦ ਸਟੇਟ? ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨ ਵਾਸਤੇ ਮੈਂ ਇਹਨਾਂ ਦੇ ਘਰ ਪਹੁੰਚਿਆ ਸੀਗਾ। ਮੈਨੂੰ ਤਾਂ ਬਹੁਤ ਦੁੱਖ ਲੱਗਿਆ ਵਾ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿੰਨੇ ਵੀ ਪੰਜਾਬ ਦੇ ਅੱਛੇ ਲੋਕ ਨੇ ਗੈਰਤਮੰਦ ਨੇ ਉਹ ਜ਼ਰੂਰ ਦੁੱਖ ਲਾਉਣੇ। ਕੈਂਡਲ ਮਾਰਚ ਵਿੱਚ ਵੀ ਸਭ ਨੇ ਪਹੁੰਚਣਾ ਅਤੇ ਜਿਹੜਾ ਅਸੀਂ ਪ੍ਰੋਟੈਸਟ ਰੱਖਾਂਗੇ ਜਲੰਧਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ, ਤੁਸੀਂ ਉੱਥੇ ਨਾ ਮੇਰੇ ਨਾਲ ਸਾਡੇ ਸਤਿਕਾਰਯੋਗ ਬੈਰੀ ਸਾਹਿਬ ਨੇ XMLA ਇਹ ਵੀ ਪਹੁੰਚੇ ਹੋਏ ਨੇ ਅਤੇ ਹੋਰ ਪਤਵੰਤੇ ਸੱਜਣ ਨੇ ਸਾਡੇ ਇਸ ਇਲਾਕੇ ਦੇ ਇਸ ਸ਼ਹਿਰ ਦੇ। ਤੋ ਮੈਂ ਉਮੀਦ ਕਰਦਾ ਵਾਂ ਕਿ ਇਹ ਨੌਬਤ ਹੀ ਨਾ ਆਵੇ ਕਿ ਸਾਨੂੰ ਇਨਸਾਫ਼ ਲੈਣ ਵਾਸਤੇ, ਔਰ ਇੱਦਾਂ ਦਾ ਇਨਸਾਫ਼ ਜਿਹੜਾ ਇੱਕ ਬਿਲਕੁਲ ਬਲੇਟੈਂਟ ਕੇਸ ਆਫ ਮਰਡਰ ਹੈ। ਐਕਚੁਲੀ ਤਾਂ ਮੈਂ ਕਹਿ ਰਿਹਾ ਕਿ ਮਰਡਰ ਦਾ ਪਰਚਾ ਦਰਜ ਹੋਣਾ ਚਾਹੀਦਾ, ਲੇਕਿਨ ਅਬੈਟਮੈਂਟ ਟੂ ਸੁਸਾਈਡ ਦਾ 100% ਕੇਸ, ਸਾਰਾ ਪੁਲਿਸ ਸਟੇਸ਼ਨ ਇੰਕਲੂਡਿੰਗ SHO ਮਸਟ ਬੀ ਚਾਰਜ ਫੋਰ ਅਬੈਟਮੈਂਟ ਟੂ ਸੁਸਾਈਡ, ਦੇ ਮਸਟ ਬੀ ਇਮੀਡੀਏਟਲੀ ਸਸਪੈਂਡਡ, ਨਾਟ ਸਸਪੈਂਡਡ। ਦਿਸ ਇਜ਼ ਅ ਫਿਟ ਕੇਸ ਫੋਰ ਡਿਸਮਿਸਲ ਅੰਡਰ ਸੈਕਸ਼ਨ 311 ਆਫ ਦੀ IPC ਔਰ ਦ ਕੋਨਸਟੀਟਿਊਸ਼ਨ। ਇਹਦੇ ਨਾਲ ਜ਼ਿਆਦਾ ਫਿਟ ਕੇਸ ਨਹੀਂ ਹੈਗਾ। ਸੋ ਮੈਂ ਇਹ ਗੱਲਾਂ ਕਹਿਣ ਵਾਸਤੇ ਆਇਆ ਸੀਗਾ। ਮੀਡੀਆ ਦਾ ਵੀ ਸ਼ੁਕਰੀਆ ਕਰਦਾ ਕਿ ਤੁਹਾਡੇ ਕਰਕੇ ਆ ਸਾਰੀ ਦੁਨੀਆ ਦੇ ਵਿੱਚ ਗੱਲ ਚੱਲਦੀ ਹੈ। ਅਗਰ ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਤਾਂ ਤੁਹਾਨੂੰ ਪੁੱਛ ਸਕਦੇ।
तीन जिलों की पुलिस इनवॉल्व हैगी आ, दो जवान मुंडे दरिया विच रुड़ के मर गए ने, अपनी जान गवा गए, नो सीरियस रेस्क्यू एफर्ट्स एट ऑल। ऑल्सो ये तो ज़्यादा शर्मनाक गल मैं समझता कि सरकार वास्ते नहीं होने नहीं हो सकते। मतलब बहुत बड़ा एक इंसीडेंट है और असी इनू पंजाब की विधानसभा के भी चुकांगे और इनू पंजाब की विधानसभा तो बाहर भी पब्लिक डोमेन चुकांगे। तुसीं दो गल पुछ रहे सी ड्रामा कर रहे ने, दो बच्चे जवान मर गए ने, पागो की पुल से पाई गई या चश्मदीद गवाह नाल बैठा वा, किसी ने किसी पुलिस ने इस नूं बुला के इनू पुछण की कोशिश की कि उत्थे वाकयात की होया, इहदियां अखां दे सामने उहने छाल मारी आ, दूसरे भरा ने इहदे अखां दे सामने छाल मारी अपने भरा नूं बचाउण वास्ते, इहदे नाल भैड़ी भद्दी दलील नहीं हो सकदी। इस करके ये सारा जिहड़ा एक इम्तिहान आ, अगर इदां दा लॉ एंड ऑर्डर रहेगा जिथे बच्चे इदां मरणगे तां इंसाफ नहीं होगा, किसी ने पंजाब दे विच इन्वेस्टमेंट नहीं करना। मेरी गल अच्छी तरह याद छाल मारी कॉज ऑफ एक्शन जलंधर एरोगेंट पुलिस ऑफिसर नलैकी बेवकूफी करके होया वा। अनलेस द पुलिस पनिशेस दिस मैन चार्जेस हिम विद अबेटमेंट टू सुसाइड एंड द एंटायर पुलिस स्टेशन जिहड़े भी उत्थे हाजिर सीगे उदों तक जिहड़ा हैगा प्रोटेस्ट जलंधर विच ही बणदा। ऑफकोर्स जे उह आउण वाले दिनां दे विच उत्थे की कारवाई करनी आ उह असीं कपूरथला डिस्ट्रिक्ट पुलिस दे नाल भी टेक अप करांगे। अच्छा सर, इक 15 अगस्त वाले दिन जिहड़ा है सर, पहले ही जिहड़ा है उह कैमरे खराब हो गए ना, मैं पहलां तां कहा वा कि जे पुलिस दे सीसीटीवी खराब आ ते वे सीसीटीवी चलणगे किहदे, दे शुड ऑल्सो बी पनिश्ड फॉर दैट। DSHO must be held accountable कि तेरे थाने दे CCTV क्यों खराब होए ने, असल च खराब ग्रुप कोई नहीं है इन्हां दे कोल ही ने, जदों इह गलत काम करदे हो जिहड़ा जिन्हें पत्रकार कुट्टिया सीगा बागे पुराने वाले MLA ने, उह कहिंदा जी मेरे दफ्तर दे भी खराब हो गए ने, जदों इह बाहियात गल्लां करदे ने कुटमार करदे ने उदों इन्हां दे CCTV खराब हो जांदे ने, उहदा CCTV चलदे ने। इह तां अपने आप दे विच इक पनिशमेंट टू द इंटायर पुलिस स्टेशन। अज दे युग विच अकॉर्डिंग टू द रूल ऑफ लॉ दी CCTV मस्ट बी वर्किंग। जो आदमी हवाला देंगे ने उन्होंने करते हैं पता होना चाहिए, दिसदा होना चाहिए कि पुलिस का वतीरा की है, जान बुझ के बंद किए गए हैं, जान बुझ के रिकॉर्ड गैप किया गया वा। इस करके सारिया गल् बहुत इशूज ने जोड़े कि पुलिस और भगवंत मान आप बचाते, खुद मैं हैरान है होम मिनिस्टर है पंजाब का, तू आप मुदाखलत कर, मौके पर विजिट कर, इन्हों का पक्ष सुन, इन बच्चों के पिता जी का पक्ष सुन आ के फिर किसी पुलिस स्टेशन वाले ऑथराइज कर कमिश्नर नूं कि तू की बयान देना, वो अपनी मर्जी के नाल जो मर्जी बयान दे जाने। उल्टा सगों ये जख्मां दे उत्ते होर किसी दे लूण, जिद्दां आपां किसी दा जख्म खोल के रॉ करके दे उहदे उत्ते लूण पाइए, ये पुलिस दे बयान जिहड़े ने ये काम अज कर रहे पुलिस का सगो मैं कहना वकार की गल है। DGP साहब भी पता नहीं क्यों चुप बैठे ने, निकी निकी गल ट्वीट करते हो, यह अपने पुलिस इमेज का सवाल है। पहले ही पंजाब पुलिस से किसी भरोसा नहीं गा, ਤੁਸੀਂ ਗਲਤ ਕੰਮ ਕਰਦੇ ਹੋ, ਜੋ ਕੁਝ ਤੁਹਾਡੇ ਦੇ ਉੱਤੇ ਇਲਜ਼ਾਮ ਲੱਗਦੇ ਨੇ, ਲੇਕਿਨ ਆਹ ਕੇਸ ਨੇ ਤਾਂ ਤੁਹਾਡਾ ਜਿਹੜਾ ਬਿਲਕੁਲ ਜਲੂਸ ਕੱਢ ਕੇ ਰੱਖ ਦਿੱਤਾ ਵਾ। ਜਿੰਨੀ ਚੁੱਪੀ ਰੱਖੋਗੇ, ਜਿੰਨੇ ਥਾਣੇਦਾਰਾਂ ਨੂੰ ਬਚਾਓਗੇ, ਜਿੰਨੇ ਪੁਲਿਸ ਵਾਲਿਆਂ ਨੂੰ ਬਚਾਓਗੇ, ਯੂ ਆਰ ਓਨਲੀ ਡੈਮੇਜਿੰਗ ਯੋਰ ਓਨ ਇਮੇਜ। ਦੇਰਫੋਰ ਭਗਵੰਤ ਮਾਨ ਐਜ਼ ਅ ਹੋਮ ਮਿਨਿਸਟਰ ਆਲਸੋ, ਮੇਰੀ ਤਾਂ ਇੱਕੋ ਡਿਮਾਂਡ ਹੈ ਕਿ ਢਿੱਲੋਂ ਸਾਹਿਬ ਨੂੰ ਮਿਲਣ ਇੱਥੇ ਆਣ ਕੇ, ਔਰ ਚਸ਼ਮਦੀਦ ਗਵਾਹ ਜਿਹੜੇ ਨੇ ਆਈ ਵਿਟਨੈਸ ਟੂ ਦੀ ਅਕਾਊਂਟ ਮਾਨਵਜੀਤ ਉੱਪਲ, ਇਹਦੀ ਸਟੇਟਮੈਂਟ ਦੇ ਉੱਤੇ ਪਰਚਾ ਦਰਜ ਕੀਤਾ। ਉਹ ਤਾਂ ਗੱਲ ਆ ਗਈ ਨਾ ਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਹੋਵੇ
ਤੇ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਬੱਚਿਆਂ ਨੂੰ ਬਚਾਇਆ ਜਾ ਸਕੇ, ਰੈਸਕਿਊ ਕੀਤਾ, ਕਿ ਉਹਦੀ ਬੋਡੀਜ਼ ਲੱਭਣ ਦੀ ਕੋਸ਼ਿਸ਼ ਕੀਤੀ। ਇਹ ਕਹਿਣਾ ਕਿ ਬੋਡੀਜ਼ ਨਹੀਂ ਲੱਭੀਆਂ ਇਸ ਕਰਕੇ ਕੋਈ ਅਫੈਂਸ ਨਹੀਂ ਬਣਦਾ, ਇਹ ਤਾਂ ਫਿਰ ਤੁਹਾਡੀ ਹੋਰ ਰਲੇ ਕੀ ਹੈ। ਬੋਡੀ ਨੂੰ ਟਰੇਸ ਕਰਨਾ ਵੀ ਤੁਹਾਡੀ ਰਿਸਪੋਂਸੀਬਿਲਿਟੀ ਹੈ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦੋ ਨਾਗਰਿਕਾਂ ਨੇ ਛਾਲ ਮਾਰਤੀ ਆ, ਉਹਨਾਂ ਦੀ ਬੋਡੀਜ਼ ਲੱਭਣਾ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ ਰਿਸਪੋਂਸੀਬਿਲਿਟੀ।